अस्सलाम वालेकुम। वालेकुम अस्सलाम जी, की हाल चाल है जी? अल्लाह का शुक्र। कौन? राणा इजाज़ गल कर रहे हैं भाजी। राणा इजाज़, परसों मैं एलसीडी देख गया सी ना तुहानू ठीक करन वास्ते। अच्छा अच्छा, हां जी हां जी हां जी, पहचान लिया पहचान लिया। की हाल चाल है जी? हां जी अल्लाह का शुक्र है, बिल्कुल ठीक ठाक। हो गई जी ठीक माशाल्लाह एलसीडी? ओ एलसीडी ते भाजी ओदा ना ओ कलर कुलर जड़े ने ओ बिल्कुल ही उड़े हुए सन। काफी मेहनत कीती, 2-3 दिन मैं तुहाडे एलसीडी ते ही काम करदा रहया। अच्छा, ते ओ हुण ओदा जड़ा हैगा ओ वॉल्यूम दा प्रॉब्लम आया है। अच्छा, ओ आईसी वाले लाहौरों मिलना है, ओ मैं भेजया है, लड़के ने जाना सीगा ते ओ मैं कहया भी यार ओ आईसी पढ़ लिया मैं। हां जी, ते ओ आएगा ते फिर मैं तुम दस सकदा एलसीडी जड़ी ना ओ कोई हुण ओडी कोई टाइट नहीं बननी है कि जड़ी तुसी सोचया होया। नहीं ओ तुहानू इसे काम दे मैकेनिक तुसी आ, तुहानू इसे काम दे पैसे देने ना कि रिजल्ट अग्गे वरगा ही आ जावे जिद्दां दी ओरिजिनल सी। ओ चाइना दीआं चीज़ां भाजी, हुण ओदा दा रिजल्ट कित्थों दोबारा बनदा है। बहरहाल मैं कोशिश करदा पिआ, अल्लाह खैर करे ठीक होएगा। अच्छा अच्छा, ਉਹ ਮਕੈਨਿਕ ਆਬੂ ਜੀ, ਮਕੈਨਿਕ ਉਹਨਾਂ ਨਾਲ ਗੱਲ ਕਰਨ ਡਿਆ। ਔਰ ਅੱਬੂ ਪੁੱਛ ਇਸ਼ਾਰੇ ਕਰਨ ਡਿਆ ਸੀ ਮੈਨੂੰ ਕਿ ਕਿਹਦੇ ਨਾਲ ਗੱਲ ਕਰਨ ਡਿਆ? ਮਕੈਨਿਕ ਨਾਲ ਗੱਲ ਕਰਨ ਡਿਆ ਜੀ। ਉਹ ਕਿਹੜਾ ਮਕੈਨਿਕ ਆ ਪੋਤਾ? ਉਹ ਮਕੈਨਿਕ ਆਪਣਾ ਐਲਸੀਡੀ ਖਰਾਬ ਸੀ ਨਾ ਅੱਬੂ ਜੀ ਮੇਰੇ ਕਮਰੇ ਵਾਲੀ, ਤੇ ਉਹ ਮੈਂ ਜਲਵੀ ਮਾਰਕੀਟ ਦਿੱਤੀ ਸੀ ਡਾਕਟਰ ਸ਼ਾਹਦ ਸਾਹਿਬ ਦੇ ਨਾਲ ਨੀ ਜਿਹਨਾਂ ਦੀ ਦੁਕਾਨ। ਔਰ ਡਾਕਟਰ ਆ ਜਿਹੜੇ ਕੋਲ ਕੱਲ ਦਵਾਈ ਲਾ ਕੇ ਗਏ? ਹਾਂਜੀ, ਉਹਨਾਂ ਦੇ ਨਾਲ ਜਿਹੜਾ ਨੀ ਮਕੈਨਿਕ, ਉਹ ਪਤਲਾ ਜਿਹਾ ਚੂਹਾ ਜਿਹਾ। ਅਜਾਜ਼ ਭਾਈ ਮੈਨੂੰ ਇਜਾਜ਼ਤ ਜਿਹੜਾ? ਨਹੀਂ ਨਹੀਂ, ਇੱਕ ਮਿੰਟ ਠਹਿਰੀਓ ਜੀ ਅੱਬੂ, ਮੈਂ ਉਹ ਪਤਲਾ ਜਿਹੜਾ ਚੂਹਾ ਜਿਹਾ ਪਿਓ ਪੁੱਤ ਗੱਲ ਕਰਦੇ ਆ ਤਾਂ ਵਿੱਚ ਕੋ ਸਕੂਨ ਨਾ ਖਲੋ ਜਾਈਦਾ, ਬਹੁਤ ਕਿਹਦੀ ਗੱਲ ਕਰਦਾ ਅੱਬੂ ਜੀ? ਜਿਹੜੇ ਡਾਕਟਰ ਸ਼ਾਹਦ ਸਾਹਿਬ ਨਸ਼ਾਈ ਸਾਹਿਬ ਨੇ ਜਲਵੀ ਮਾਰਕੀਟ ਵਾਲੇ, ਆਹੋ ਪਤਾ ਮੈਨੂੰ, ਉਹਨਾਂ ਦੇ ਨਾਲ ਦਾ ਜਿਹੜੇ ਮਕੈਨਿਕ ਨੇ, ਹਾਂ ਉਹ ਚੂਹਾ ਜਿਹਾ ਨੀ ਜਿਹੜਾ ਉਹ ਕਾਲਾ ਜਿਹਾ? ਹਾਂ ਉਹੀ ਡੋਂਗਾ ਜਿਹਾ। ਹਾਂਜੀ ਹਾਂਜੀ ਹਾਂਜੀ, ਇਹ ਜਿਹੜੀ ਤੇਰੀ ਐਲਸੀਡੀ ਕਮਰੇ ਦੀ ਖਰਾਬ ਆ, ਇਹਨੂੰ ਦਿੱਤੀ ਆ ਜੀ? ਇਹਨੂੰ ਦਿੱਤੀ ਹੈ ਜੀ। ਆਈ ਨੂੰ ਅਗਰ ਜੈ ਨੂੰ ਆ ਜਾ ਭਾਜੀ, ਕੱਲ ਠੀਕ ਹੋ ਜਾਏਗੀ ਭਾਜੀ? ਮੈਨੂੰ ਕਰਨ ਦੇ, ਤੈਨੂੰ ਨੀ ਪਤਾ ਇਹਦਾ, ਮੈਂ ਵੱਡਿਆਂ ਨੂੰ ਵੀ ਜਾਣਦਾ ਹੈਗਾ। ਔਰ ਤੈਨੂੰ ਦਿੱਤੀ ਐਲਸੀਡੀ? ਹਾਂਜੀ ਚਾਚੂ ਜੀ, ਮੈਨੂੰ ਦਿੱਤੀ ਐਲਸੀਡੀ, ਉਹ ਹੋਜੇਗੀ ਇਨਸ਼ਾਅੱਲਾ, ਸੁਬਹ ਠੀਕ ਹੋ ਜਾਏਗੀ। ਮੈਂ 2-3 ਦਿਨ ਲੱਗਾ ਰਿਹਾ, ਉਹਦਾ ਕਲਰ ਕੁਲਰ ਖਰਾਬ ਸਨ। 2-3 ਦਿਨ ਤੂੰ ਕਿਉਂ ਲੱਗਾ ਰਿਹਾ ਐਲਸੀਡੀ ਸਹੀ ਕਰਨੀ? ਭਾਈ ਤੂੰ ਐਲਸੀਡੀ ਦਾ ਕੋਈ ਰੰਗ ਕਰਨਾ, ਐਲਸੀਡੀ ਨੂੰ ਉਹਦਾ ਪਾਵਾ ਲਾਉਣਾ? ਉਹ ਨਹੀਂ ਚਾਚੂ ਜੀ, ਉਹ ਕੰਮ ਹੁੰਦਾ ਹੈ। ਬਹਰਹਾਲ ਚਲੋ, ਸੁਬਹ ਮੈਂ ਕਹਿ ਦਿੱਤਾ ਏਦਾਂ ਕਾਹ ਲਿਆ ਮੈਂ ਐਵੇਂ ਬਦੋਬਦੀ ਤੂੰ ਐਵੇਂ ਬੰਦ ਕਰ। ਹਾਂ ਫੋਨ ਬੰਦ, ਹਾਂ ਮੈਂ ਕਰ ਲੈਣਾ ਆਪੀ ਗੱਲ, ਫੋਨ ਫੜਾਓ ਮੈਨੂੰ। ਤੂੰ ਚਬਲ, ਮੈਂ ਮੇਰੀ ਗੱਲ ਸੁਣ, ਮੈਂ ਨਹੀਂ ਫੜਾਉਣਾ ਫੋਨ। ਹੈਲੋ ਅੱਬੂ ਜੀ, ਇੱਕ ਮਿੰਟ ਮੈਂ ਕਰਨ ਡਿਆ ਨਾ ਗੱਲ, ਇੱਕ ਮਿੰਟ ਠਹਿਰ ਜਾਓ। ਹੈਲੋ ਅਜਾਜ਼ ਭਾਈ, ਕਹਦਾ ਰੌਲਾ ਪੈ ਗਿਆ ਮੈਨੂੰ? ਨਹੀਂ ਨਹੀਂ, ਉਹ ਰੌਲਾ ਨਹੀਂ, ਉਹ ਅੱਬੂ ਜੀ ਦਾ ਅਸਲ 'ਚ ਬਲੱਡ ਪ੍ਰੈਸ਼ਰ ਦਾ ਮਸਲਾ ਨਾ, ਅੱਬੂ ਜੀ ਮੈਂ ਗੱਲ ਕਰਨ ਡਿਆ, ਗੱਲ ਕਰਨ ਡਿਆ ਮੈਂ, ਉਹਨੂੰ ਕਿਹੜਾ ਅੱਗੋਂ ਜੱਸੂ ਪੰਜੂ ਖੇਡਣ ਡਿਆ ਉਹਨਾਂ ਟੈਲੀਫੋਨ ਤੇ? ਅੱਬੂ ਜੀ ਜਦ ਮੈਂ ਗੱਲ, ਮੇਰੀ ਤਾਂ ਕਿਸਮਤ ਮਾੜੀ, ਮੈਂ ਘਰ ਆ ਗਿਆ, ਮੇਰੀ ਮੈਂ ਬਾਹਰ ਹੀ ਗੱਲ ਕਰ ਲੈਂਦਾ ਫਿਰ ਤਾਂ ਮੇਰੀ ਕਿਸਮਤ ਚੰਗੀ, ਮੈਨੂੰ ਲੱਭ ਗਿਆ। ਮੈਂ ਤਾਂ ਬੜੇ ਦਿਨਾਂ ਤੋਂ ਇਹਨੂੰ ਵੇਖਦਾ ਸੀ ਵੀ ਕਿੱਥੇ ਕਿਦੋਂ। ਤੁਹਾਡਾ ਇਹਦੇ ਨਾਲ ਕੀ ਵੈਰ ਆ? ਕੀ ਵੈਰ ਆ ਯਾਰ? ਇਹ ਬੜਾ ਜੀ, ਭਾਜੀ ਇੱਕ ਮਿੰਟ ਠਹਿਰੀਓ, ਮੈਂ ਤੇਰਾ ਅੱਬੂ ਨਾਲ ਗੱਲ ਕਰ ਲਵਾਂ। ਕੀ ਵੈਰ ਆ ਤੁਹਾਡਾ? ਯਾਰ ਮੈਨੂੰ ਤਾਂ ਫਾਰਕ ਕਰੋ, ਇੱਕ ਮਿੰਟ ਭਾਈ ਜੀ, ਇਹਨੂੰ ਕੀ ਫਾਰਕ ਕਰੀਏ? ਅੱਗੇ ਕਿਹੜਾ ਤੈਨੂੰ ਅਸੀਂ ਪੇਟੀ ਚੁਕਾਈ ਆ ਵੀ ਤੂੰ ਚੁੱਕੀ ਰੱਖ ਤੇ ਅਸੀਂ ਗੱਲਾਂ ਕਰ ਲਈਏ। ਚਾਚਾ ਜੀ ਤੁਸੀਂ ਮੇਰੀ ਗੱਲ ਸੁਣੋ, ਮੈਂ ਜਦੋਂ ਕਹਿ ਵੀ ਦਿੱਤਾ ਤੇ ਹੁਣ ਮੇਰੇ ਕੋਲ ਹੋਰ ਕੀ ਕਹਿਣਾ, ਮੈਂ ਕੋਈ ਕੰਮ ਵੀ ਕਰਨ ਦੇ, ਸੁਬਹ ਦੇ ਥੱਕੇ ਘਰ ਆਈਦਾ ਇਸ ਟਾਈਮ। ਤੁਹਾਨੂੰ ਗੁੱਸਾ ਕਾਹਦਾ ਚੜਿਆ? ਮਿਸਰੇ ਡੱਡੂ ਮੇਰੀ ਗੱਲ ਸੁਣ ਆਰਾਮ ਦੇ ਨਾਲ। ਇਹ ਅੱਜ ਤੋਂ ਕੋਈ ਕੋਈ 7-8 ਸਾਲ ਪੁਰਾਣੀ ਗੱਲ ਆ। ਅੱਛਾ ਜੀ, ਆ ਮੇਰਾ ਰੇਡੀਓ ਜਿਹੜਾ ਮੈਂ ਰਾਤ ਨੂੰ ਰੱਖ ਕੇ ਸੌਣਾ ਸੀ, ਹਾਂਜੀ, ਮੈਂ ਨਾ ਇਹਨੂੰ ਦਿਆਂ ਦੁਕਾਨ ਤੇ ਸਹੀ ਕਰਨ। ਅੱਛਾ, ਹਾਂ ਤੇ ਇਹਨੇ ਰੇਡੀਓ, ਓਏ ਮੈਂ ਤੈਨੂੰ ਦੱਸਾਂ, ਮੈਂ ਇਧਰੋਂ ਦੀ ਏਦਾਂ ਕਿਤੇ ਟਾਟ ਮਾਰੀ ਨਾ ਫੋਨ ਦੇ ਵਿੱਚੋਂ। ਮੈਂ ਤੁਸੀਂ, ਮੈਂ 8 ਸਾਲ ਪਹਿਲੇ ਮੈਂ ਤੇ ਦੁਬਈ ਸੀਗਾ। ਦੁਬਈ ਵੱਖਰੀ ਗੱਲ ਤੁਸੀਂ ਸਰਾਡ ਅਗਲਾ ਭਾਈ ਜਾਨ ਕਿਹੜੇ ਯਾਰ ਮੱਛੀ ਵਿੱਚ ਪਾਤਾ ਜੀ? ਇਹ ਬਕਵਾਸ ਕਰਦਾ, 8 ਸਾਲ ਪਹਿਲੇ ਤਾਂ ਦੁਬਈ ਵੜਨ ਨਹੀਂ ਸੀ ਦਿੰਦੇ ਇਹਨੂੰ ਕਿਸੇ ਵੀ ਪਾਸਿਓ। 8 ਸਾਲ ਪਹਿਲੇ ਤਾਂ ਬੁਰਜ ਖਲੀਫਾ ਬਣਦਾ ਪਿਆ ਸੀ, ਇਹ ਪਾਗਲ ਮਜ਼ਦੂਰ ਆ ਤੂੰ? ਹਾਂ ਏਦਾਂ, ਤੂੰ ਮੇਰੀ ਗੱਲ ਸੁਣ ਸਕੂਨ ਨਾਲ, ਤੈਨੂੰ ਮੈਂ ਚੇਤਾ ਕਰਾਵਾਂ। 8 ਸਾਲ ਪਹਿਲੇ ਮੈਂ ਤੈਨੂੰ ਦਿੱਤਾ ਸੀ ਆਪਣਾ ਰੇਡੀਓ। ਅੱਛਾ, ਸਹੀ ਕਰਨ ਲਈ ਪੁੱਤ ਇਹਨੂੰ ਮੈਂ ਦਿੱਤਾ ਜਾ। ਅੱਛਾ, ਇਹਨੂੰ ਮੈਂ ਰੇਡੀਓ, ਮੈਂ ਕਿਹਾ ਹਾਲਾ ਵੀ ਮੈਂ ਐਂ ਕਰਦਾ ਤੇ ਇੰਡੀਆ ਲੱਗ ਜਾਂਦਾ, ਐਂ ਕਰਦਾ ਤੇ ਪਾਕਿਸਤਾਨ ਲੱਗ ਜਾਂਦਾ, ਤਾਂ ਮੈਨੂੰ ਉਹ ਕੋਈ ਚੈਨਲ ਵਿੱਚ ਗਬਲਾ ਲੱਭ ਕੇ ਦੇ ਵੀ ਵਿੱਚ ਗਬਲੇ ਕਿਤੇ ਕੋਈ ਇਲਾਕਿਆਂ ਨਾਲ ਚਲਾਉਣਾ ਹੋਵੇ। ਗਬਲਾ ਕਿਹੜਾ ਹੁੰਦਾ ਚੈਨਲ? ਗਮਲਾ ਉਹ ਗਮਲਾ ਨਹੀਂ ਹੁੰਦਾ ਚਾਚਾ ਜੀ, ਮੇਰੀ ਗੱਲ ਸੁਣੋ। ਚਾਚਾ ਜੀ ਮੇਰੀ ਗੱਲ ਸੁਣੋ, ਤੁਸੀਂ ਦਿੱਤਾ ਹੋਏਗਾ, ਮੈਂ ਮੰਨ ਲਿਆ, ਮੈਂ ਉਹ ਠੀਕ ਕਰ ਦਿੱਤਾ ਸੀ ਜਾਂ ਨਹੀਂ ਕਰ ਦਿੱਤਾ। ਹੁਣ ਇਸ ਟਾਈਮ ਮੈਨੂੰ ਤੁਸੀਂ ਸੌਣ ਦਾ ਟਾਈਮ ਹੈ ਸਰ,
ਚਲਾਕੀ ਕਰਦਾ ਇਹਨੂੰ ਚੰਗੀ ਤਰ੍ਹਾਂ ਪਤਾ ਵੀ ਜਾਇਜ ਡੱਬਾ ਲੰਘਦਾ ਪਿਆ ਦੁਕਾਨ ਤੋਂ ਮੈਂ ਜਦੋਂ ਲੰਘਦਾ ਆਹ ਸ਼ੀਸ਼ਾ ਬੰਦ ਕਰਕੇ ਛੱਟਰ ਥੱਲੇ ਸਿੱਟ ਦਿੰਦਾ ਤੇ ਛੱਟਰ ਦੇ ਉੱਤੇ ਚਾਕਲੇਟ ਦੀ ਮਸ਼ਹੂਰੀ ਬਣੀ ਆ ਮੈਂ ਇਹੀ ਸਮਝ ਲੈਣਾ ਵੀ ਖਰੇ ਕਰਿਆਨੇ ਵਾਲੀ ਦੁਕਾਨ ਆ ਮੈਂ ਲੰਘ ਜਾਂਦਾ ਪਿੱਛੋਂ ਛੱਟਰ ਚੁੱਕ ਕੇ ਟੀਵੀ ਬਾਹਰ ਕੱਢ ਦਿੰਦਾ ਹਾਂ ਮੀਸਲਾ ਡੱਟੂ ਖਰਾਬ ਹੋ ਗਿਆ ਰੇਡੀਓ ਚੁੱਕ ਕੇ ਕਿਸੇ ਆਪਣੀ ਦਾਦੀ ਨੂੰ ਦੇ ਦਿੱਤਾ ਅੱਛਾ ਚਾਚਾ ਜੀ ਝੂਠ ਬੋਲੀ ਜਾਂਦੇ ਯਾਰ ਸ਼ਰੀਫ ਆਦਮੀ ਹੈ ਉਹ ਅੱਬੂ ਜੀ ਤੁਸੀਂ ਹਰ ਬੰਦੇ ਨਾਲ ਤੁਹਾਡਾ ਪੰਗਾ ਅੱਬੂ ਜੀ ਹਰ ਬੰਦੇ ਨਾਲ ਪੰਗਾ ਮੇਰੀ ਗੱਲ ਸੁਣ ਲਾ ਤੇਰੀ ਐਲ ਸੀ ਡੀ ਦਾ ਮੈਨੂੰ ਕੋਈ ਨੀ ਪਤਾ ਮੇਰਾ ਰੇਡੀਓ ਲਾਦਾ ਤੂੰ ਕਾਕਾ ਵਾਪਸ ਕੀਤਾ ਮੈਂ ਇੱਥੋਂ 2000 ਰੁਪਿਆ ਪੱਲੋਂ ਦੇ ਕੇ ਪੱਕ ਲੈ ਕੇ ਆਉਣਾ ਭਰ ਕੇ ਬੰਦਿਆਂ ਦਾ ਅੱਬੂ ਜੀ ਖੁਦਾ ਦਾ ਵਾਸਤਾ ਮੈਨੂੰ ਗੱਲ ਕਰ ਲੈਣ ਦਿਓ ਬਾਹਰ ਮੈਨੂੰ ਨਿਕਲਣ ਜੋਗਾ ਛੱਡ ਦਿਓ ਮੈਨੂੰ ਬਾਹਰ ਨਿਕਲਣ ਜੋਗਾ ਮੇਰੀ ਗੱਲ ਸੁਣ ਲਾ ਕਿਉਂ ਗਿਆ ਮੇਰੀ ਗੱਲ ਸੁਣ ਲਾ ਕੰਨ ਖੋਲ ਕੇ ਅਗਰ ਮੇਰੇ ਪੁੱਤ ਦੀ ਐਲਸੀਡੀ ਨੂੰ ਕੁਛ ਹੋਇਆ ਮੈਂ ਤੈਨੂੰ ਦੱਸ ਦਿੱਤਾ ਅਗਰ ਉਹਦੇ ਉੱਤੇ ਕੋਈ ਵੀ ਚੈਨਲ ਨਾ ਨਾ ਆਇਆ ਅੱਬੂ ਜੀ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਵਿਚਾਰਾ ਆਪਣੇ ਬੀਵੀ ਬੱਚਿਆਂ ਚ ਬੈਠਾ ਕੋਈ ਰੋਟੀ ਪਾਣੀ ਖਾਣ ਡਿਆ ਅੱਛਾ ਯਾਰ ਮੈਂ ਯਕੀਨ ਕਰ ਭਾਈ ਜਾਤ ਰੋਟੀ ਅੱਗੇ ਪਈ ਹੈ ਤੁਹਾਡੀ ਗੱਲ ਸੁਣ ਲੱਗਾ ਤੁਸੀਂ ਤੇ ਆਪਣੀ ਲੜਾਈ ਵਿੱਚ ਦੁਕਾਨ ਬੰਦ ਕਰ ਉੱਥੇ ਹੋਰ ਚਾਚਾ ਜੀ ਮੈਂ ਉੱਥੇ ਬੈਠ ਰਹਿਣਾ ਸੀਗਾ ਉੱਥੇ ਤੂੰ ਕਿਹੜਾ ਨੌ ਦੀ ਕੰਧ ਕਰਕੇ ਚਾਰੋਂ ਪਾਸੋਂ ਬੰਦ ਕਰ ਰਿਹਾ ਯਾਰ ਹੋਰ ਮੈਂ ਚਾਚੇ ਨੇ ਯਾਰ ਅਜੀਬ ਚੁਗਤਾਂ ਜੀਆਂ ਮਾਰੀ ਜਾਂਦਾ ਕੋਈ ਗੱਲ ਕਰਨ ਦਾ ਮੈਂ ਤਾਂ ਢੋ ਜਮੇ ਮਾਰਨੀ ਜਾਂ ਛੜੀ ਦੇ ਸਾਡੀ ਔਰ ਚਾਚਾ ਜੀ ਮੈਂ ਤੁਹਾਡੇ ਨਾਲ ਤਮੀਜ਼ ਨਾਲ ਮੇਰੀ ਗੱਲ ਸੁਣੋ ਮੇਰੀ ਗੱਲ ਮੇਰੀ ਗੱਲ ਯਾਰ ਭਾਜੀ ਤੁਸੀਂ ਮੈਨੂੰ ਇੱਕ ਗੱਲ ਦੱਸ ਦਿਓ ਸਵੇਰੇ ਕਿੰਨੇ ਇੱਕ ਦੋ ਵਜੇ ਆ ਕੇ ਲੈ ਇੱਕ ਦੋ ਵਜੇ ਆ ਕੇ ਫਿਰ ਇੱਕ ਵਜੇ ਮੈਂ ਆਉਣਾ ਖੁਦਾ ਦਾ ਵਾਸਤਾ ਅੱਬੂ ਜੀ ਖੁਦਾ ਦਾ ਵਾਸਤਾ ਉਹ ਕੀ ਖੁਦਾ ਦਾ ਵਾਸਤਾ ਬਈ ਮੈਂ ਤੈਨੂੰ ਬਦਲਾ ਤੇ ਲੈ ਚੱਲਾਂ ਤੇਰੀ ਐਲਸੀਡੀ ਲੈ ਕੇ ਦੇਣੇ ਆ ਉਹਦੇ ਕੋਲੋਂ ਐਲਸੀਡੀ ਲੈ ਕੇ ਦੇਣੇ ਬਈ ਮੈਂ ਐਲਸੀਡੀ ਦਿੱਤੀ ਆ ਮੈਂ ਪੈਸੇ ਦੇਣੇ ਆ ਮੈਂ ਠੀਕ ਕਰਾਉਣਾ ਤਾਂ ਮੇਰਾ ਰੇਡੀਓ ਮੈਂ ਨਹੀਂ ਗੱਲ ਸੁਣ ਲਾ ਡਰਾਮਾ ਕਰਦਾ ਮੇਰੀ ਗੱਲ ਸੁਣ ਲਾ ਪੁੱਤ ਮੈਂ ਤੈਨੂੰ ਥੂ ਮਾਰਿਆ ਮੈਂ ਤੈਨੂੰ ਪੁੱਤ ਕਹਿ ਦਿੱਤਾ ਮੇਰੀ ਗੱਲ ਸੁਣ ਜਾਜ ਪੁੱਤ ਇਹਦੇ ਕੋਲੋਂ ਜਾ ਕੇ ਹੁਣੇ ਆਪਾਂ 10 ਬੰਦੇ ਇਕੱਠੇ ਕਰਦੇ ਆ ਤੇ ਘਰ ਛੱਡੀ ਚੁੱਕਦੇ ਤੇ ਓਏ ਮੈਂ ਤੇਰੀ ਲੱਤ ਵੱਢ ਦੇਣੀ ਆ ਮੈਨੂੰ ਯਾਦ ਕਰਾਉਣਾ ਥਕਾ ਤੂੰ ਖੁਦਾ ਦਾ ਵਾਸਤਾ ਮੇਰੀ ਜਾਨ ਛੱਡ ਦਿਓ ਤੁਸੀਂ ਜਾਓ ਅੰਦਰ ਬਾਹਰ ਚਲੇ ਜਾਓ ਜਾਂ ਅੰਦਰ ਚਲੇ ਜਾਓ ਪਾਪਾ ਜੀ ਮੇਰੀ ਗੱਲ ਸੁਣੋ ਹਾਂਜੀ ਸੁਣਾਓ ਸਵੇਰੇ ਕਿੰਨੇ ਵਜੇ ਤਨਵੀਰ ਸਾਹਿਬ ਮੈਨੂੰ ਇੱਕ ਗੱਲ ਦੱਸੋ ਇਹਨੂੰ ਇੱਕ ਗੱਲ ਦੱਸ ਦੇ ਤਾਂ ਮੈਨੂੰ ਤੂੰ ਅੱਜ 150-200 ਗੱਲਾਂ ਦੱਸਣੀ ਆ ਮਤਲਬ 150-200 ਗੱਲਾਂ ਦੱਸਾਂਗਾ ਚਲੋ ਯਾਰ ਸੁਭਾ ਆੜ ਕੇ ਯਾਰ ਲੈ ਜਿਓ ਮੈਂ ਤੁਹਾਨੂੰ ਕਿਹਾ ਕਿੰਨੇ ਵਜੇ ਆ ਕੇ ਲੈ ਜਾਵਾਂ ਯਾਰ 1-2 ਵਜੇ ਆਣ ਕੇ ਲੈ ਜਿਓ 1-2 ਵਜੇ ਦੀ ਗੱਲ ਨਾ ਮੰਨਿਓ 1-2 ਵਜੇ ਤੱਕ ਇਹਨੂੰ ਪੱਕਾ ਫੌਤ ਹੋ ਜਾਣਾ ਇਹਨੇ ਮੈਂ ਤੁਹਾਨੂੰ ਦੱਸਾਂ ਕੱਲ ਇਹਦਾ ਤੇ ਮੈਨੂੰ ਮਾਫੀ ਵੀ ਮੰਗਣਾ ਭਾਈ ਜਾਜ ਤੇਰੇ ਮੂੰਹ ਨੂੰ ਚੋਪਾ ਅੱਲਾ ਦੀ ਕਸਮ ਹੈ ਮੇਰੀ ਗੱਲ ਦਾ ਇਹਦੇ ਮੂੰਹ ਨੂੰ ਕਿਉਂ ਚੋਪਾ ਇਹਦੇ ਮੂੰਹ ਅੱਬੂ ਜੀ ਉਹਨਾਂ ਨੂੰ ਹੈਪਾਟਾਈਟਸ ਹੈ ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਨੂੰ ਸਵੇਰੇ ਫੌਤ ਵੀ ਹੋ ਜਾਣਾ ਮੈਂ ਬੜੇ ਵੀ ਹੈਪਾਟਾਈਟਸ ਆ ਉਹ ਮੇਰੇ ਆਪਣੇ 5-7 ਹੈਪਾਟਾਈਟਸ ਹੋਇਆ ਕਿਹੜੀ ਗੱਲ ਹੈ ਇਹ ਮੂੰਹ ਸਭ ਕੁਝ ਹਾਂ ਚਬਲਾ ਚਬਲਾ ਹੋਵੇ ਤਾਂ
अबू जी पानी पियो, अबू जी पानी पियो, पानी लिया के दे बेटे, पानी लिया के दे, अबू नू पानी लिया के दे, चार रुपया दे नू अबे नू। दोबारा बना रल के कभी डोंगा कभी कुछ तो कभी कुछ भैड़ी शकल मेन मेरे को सुन लगे हो ज्यादा दुनिया से गाँव रहा मैं मसी एक आजाद कहते मेरा तेरा प्यो ला मेरे कुछ होर ही लगता है सारी जिंदगी अबू जी तुहाडा यही चल आ रहा सारी जिंदगी ना तुसी खानदान च किसे ना बनाई ना तुसी महल्ले च किसे ना बनाई हुण मेरे दोस्तां नाल भी तुसी बिगाड़ पाओ एक रेडियो सुना तेरी मां की निशानी मेरे को तेनू दसा ऐसे चबल ने डोंगे यार पता नहीं हुण बंदा उह है भी आ कि नहीं है तेरी दुकान ते आउन लगा कब्रिस्तान एकदम ना बस थले ही जा पैने जारी मुख्तसर गल करनी कराओ नहीं तो फोन मेनू फड़ाओ आजा मैं ना तेरे ना मैं ना मेरी गल छोला तू बहुत बड़ा हो गया तेनू हले तक नहीं पता न्याणिया ला जे ना ए चबला नू ए ए मकैनक मकूनक 3500 ना केड़ा उन्हें अमीर हो जाना 3500 ना ओए ओनू किसे ने कोई 10 रुपये देवे ओ अपने घर दे बंद बूहे दे विच बंटू फा मार दंदा छत पाड़ के ना तेरे सारे टीवी चुक ला जाना ओ यार मैं क्यों बंद करनी दुकान मैनू तो दस ते तू खुली क्यों छड़नी आ चोरी करानी आ चबला हो बेटा अजीब गल आके बंद ना करी खुली क्यों छड़नी है पागल हो गया चाचा यार मैं कल तेरी दुकान ते होना साडियां छावां वापस दे सानू तू दुकान ते की करना ना भी तेरा काम की चाचा क्यों दुकान ते बाकी का दुकान ते विच डिग पैंदा आ के हां बंदा डिग पैंदा पिछे स्टूडियो लगी रहनी है मैं छलाकी बोलता
ਮੈਂ ਆਪ ਆਪਣੇ ਕੰਨਾਂ ਨਾਲ ਸੁਣਿਆ ਐਲਾਨ
मकसद है महीना खोया मैं वापस आ गया ना मैं अचानक राणा साहब क्या यार तनवीर साहब बुलाओ कुछ बैठ के अपना कोई डिस्कस करिए कोई मजा लीए मैं क्या यार सुते होने कोई मजा ही लै लेने फिर प्रोग्राम च लै लेने मैं जी लो अचानक प्रोग्राम बनिया मैं थोड़ा प्यो बन जाना राजा साहब सवेरे रोटी थोड़े को खा रही चलो जी ठीक है।